अस्सलाम वालेकुम नाजरीन, चोर मचाए शोर। अजकल तो जी बड़ा शोर पिया होया वे, और जोरो शोर नाल किथे शोर पिया होया? ओहो भाई, यूट्यूब तो शोर पिया होया है। किधरे रोया जा रहा है, किधरे हसया जा रहा है, किधरे 3 दिन रह गए, किधरे 4 दिन रह गए, हाय अल्लाह जी की बनेगा, मेरा चैनल उड़ गया, नहीं नहीं मेरा नहीं, उन्हां दा उड़ गया। ਅਤੇ ਹੋਰ ਸੁਣਾਓ ਜੀ ਸੋਹਣਿਓ ਸੱਜਣੋ ਅਤੇ ਮਿੱਤਰੋ, ਮੈਂ ਤੁਹਾਡੇ ਨਾਲ ਅੱਜ ਕਹਾਣੀ ਸ਼ੇਅਰ ਕਰਨ ਵਾਲੀ ਹਾਂ। ਕਹਾਣੀ ਜਿਹੜੀ ਹੈ ਬੜੀ ਹੀ ਖੂਬਸੂਰਤ ਹੈ, ਕਿਉਂਕਿ ਕਹਾਣੀ ਦਾ ਆਗਾਜ਼ ਹਮੇਸ਼ਾ ਹੀ ਖੂਬਸੂਰਤ ਹੁੰਦਾ ਹੈ। ਕਹਾਣੀ ਦਾ ਐਂਡ ਜਿਹੜਾ ਬਿਨਾ ਉਹ ਜਾ ਕੇ ਫਿਰ ਪਤਾ ਲੱਗਦਾ ਵੇ ਕਿ ਚੰਗਾ ਹੋਏਗਾ ਕਿ ਮੰਦਾ ਹੋਏਗਾ, ਜਦੋਂ ਕਹਾਣੀ ਤੁਹਾਨੂੰ ਸਮਝ ਦੇ ਵਿੱਚ ਆ ਜਾਂਦੀ ਹੈ। ਅਤੇ ਰੋ ਸੁਣਿਓ ਸ਼ੁਰੂ ਕਰਦੇ ਹਾਂ। ਅੱਜ ਤੋਂ 2 ਸਾਲ ਪਹਿਲਾਂ ਯੂਟਿਊਬ ਦੀ ਦੁਨੀਆ ਦੇ ਵਿੱਚ ਇੱਕ ਕੁੜੀ ਨੇ ਪੈਰ ਰੱਖਿਆ। ਪੈਰ ਉਹਨੇ ਕੀ ਰੱਖਿਆ? ਬਸ ਉਹਨੇ ਪੈਰ ਰੱਖਣ ਦੀ ਦੇਰ ਸੀ ਉਹਦੀ ਕਿ ਉਹਨੇ ਪੂਰੀ ਦੁਨੀਆ ਦੇ ਦਿਲਾਂ 'ਤੇ ਹਕੂਮਤ ਕਰਨੀ ਸ਼ੁਰੂ ਕਰ ਦਿੱਤੀ। ਲੋਕਾਂ ਨੂੰ ਉਹਦੇ ਸਾਦਾ, ਉਹਦੇ ਅਲਫਾਜ਼, ਉਹਦੇ ਅਲਫਾਜ਼ਾਂ ਦੀ ਅਦਾਇਗੀ, ਉਹਦੇ ਅਲਫਾਜ਼ ਦਾ ਨੈਚੁਰਲਪਨ, ਉਹਦੇ ਕੰਮ ਦੇ ਵਿੱਚ ਜਿਹੜਾ ਵੇ ਜੋ ਸਾਦਗੀ ਦੇਖੀ, ਜੋ ਉਹਦੇ ਕੰਮ ਦੇ ਵਿੱਚ ਉਹਨਾਂ ਨੇ ਇਹ ਹਕੀਕਤ ਦੇਖੀ, ਉਹਦੇ ਬਿਨਾਂ 'ਤੇ ਉਹ ਬੜੀ ਜਲਦੀ ਹੀ ਲੋਕਾਂ ਦੇ ਦਿਲਾਂ ਦੇ ਵਿੱਚ ਰਚ ਵੱਸ ਗਈ। ਕਦੀ ਅਤੇ ਕਿਸੇ ਨੂੰ ਉਹਦੇ ਚਿਹਰੇ ਦੇ ਵਿੱਚ, ਉਹਦੀਆਂ ਗੱਲਾਂ ਦੇ ਵਿੱਚ ਮਾਂ ਨਜ਼ਰ ਆਈ, ਕਿਧਰੇ ਦਾਦੀ ਅਤੇ ਕਿਧਰੇ ਫੁੱਫੀ ਅਤੇ ਕਿਧਰੇ ਮਾਸੀ ਅਤੇ ਕਿਧਰੇ ਉਹਦੀ ਝਲਕ ਦੇ ਵਿੱਚ ਆਪਣੇ ਬਾਪ ਦੀ ਝਲਕ ਨਜ਼ਰ ਆਈ। ਮਾਂ ਪਿਓ ਦੇ ਘਰ ਵਿੱਚ ਜਾਣਾ, ਮਾਂ ਪਿਓ ਦੇ ਵਿਹੜੇ ਦੇ ਵਿੱਚ ਤੁਰਨਾ ਫਿਰਨਾ, ਆਪਣੇ ਬਾਪ ਦੇ ਨਾਲ ਜਿਹੜਾ ਵੇ ਸੋਹਣੀਆਂ ਸੋਹਣੀਆਂ ਗੱਲਾਂ ਕਰਨੀਆਂ, ਉਹਨਾਂ ਦੀ ਦਿਲਜੋਈ ਕਰਨੀ, ਉਹਨਾਂ ਨੂੰ ਇਸ ਤਰ੍ਹਾਂ ਪਿਆਰ ਕਰਨਾ ਕਿ ਜਿਵੇਂ ਕਿ ਛੋਟੇ ਜਿਹੇ ਬੱਚੇ ਨੂੰ ਕੀਤਾ ਜਾਂਦਾ ਹੈ। ਇਹ ਵੀ ਤਾਂ ਕਹਿੰਦੇ ਨੇ ਨਾ ਕਿ ਮਾਂ ਬਾਪ ਜਿਹੜੇ ਹੁੰਦੇ ਨੇ ਉਹ ਬੁਢਾਪੇ 'ਚ ਜਾ ਕੇ ਬਿਲਕੁਲ ਬੱਚਿਆਂ ਤਰ੍ਹਾਂ ਹੋ ਜਾਂਦੇ ਨੇ, ਅਤੇ ਕੋਈ ਸ਼ੱਕ ਨਹੀਂ ਇਹਦੇ ਵਿੱਚ, ਬਿਲਕੁਲ ਹਕੀਕਤ ਹੈ। ਲਓ ਜੀ, ਅਤੇ ਮੈਂ ਗੱਲ ਕਰ ਰਹੀ ਹਾਂ ਤੁਹਾਡੀ ਅਤੇ ਆਪਣੀ ਮੋਸਟ ਫੇਵਰੇਟ ਪਲਵਸ਼ਾ ਦੀ। ਬਿਲਕੁਲ, ਅੱਜ ਤੋਂ 2 ਸਾਲ ਪਹਿਲਾਂ ਹੀ ਪਲਵਸ਼ਾ ਆਈ ਸੀ ਨਾ ਯੂਟਿਊਬ ਦੀ ਦੁਨੀਆ 'ਤੇ, ਅਤੇ ਪਲਵਸ਼ਾ ਨੇ ਆ ਕੇ ਤੁਹਾਡੇ ਸਭ ਦੇ ਦਿਲਾਂ ਦੇ ਉੱਤੇ ਆਪਣਾ ਕਬਜ਼ਾ ਕਰ ਲਿਆ। ਜਦੋਂ ਉਹਦਾ ਕਬਜ਼ਾ ਹੋਇਆ ਤੁਹਾਡੇ ਦਿਲਾਂ 'ਤੇ, ਅਤੇ ਫਿਰ ਕੋਈ 2-4 ਐਸੇ ਚੈਨਲ ਆਏ ਜਿਨ੍ਹਾਂ ਨੇ ਆਪਣੇ ਆਪ ਨੂੰ ਰਿਐਕਸ਼ਨ ਦਾ ਨਾਮ ਦਿੱਤਾ। ਉਹਨਾਂ ਚੈਨਲਸ ਨੇ ਪਹਿਲਾਂ ਆ ਕੇ ਕੀ ਕੰਮ ਕੀਤਾ ਕਿ ਉਸ ਭੋਲੀ ਭਾਲੀ ਕੁੜੀ ਵਾਸਤੇ ਬੜੀ ਪੋਜ਼ਿਟਿਵ ਵੀਡੀਓਜ਼ ਬਣਾਈਆਂ, ਔਰ ਜਦੋਂ ਉਹਨਾਂ ਨੇ ਦੇਖਿਆ ਕਿ ਵੀ ਇਹਦੀ ਵਜ੍ਹਾ ਤੋਂ ਤਾਂ ਸਾਨੂੰ ਵਿਊਜ਼ ਵੀ ਆ ਰਹੇ ਨੇ, ਸਾਡੇ ਸਬਸਕ੍ਰਾਈਬਰਸ ਵੀ ਵੱਧ ਰਹੇ ਨੇ, ਫਿਰ ਉਹਨਾਂ ਨੇ ਕੀ ਚਲਾਕੀ ਕੀਤੀ ਕਿ ਜਦੋਂ ਉਹਨਾਂ ਦੇ ਚੈਨਲ ਮੋਨੋਟਾਈਜ਼ ਵੀ ਹੋ ਗਏ, ਉਹਨਾਂ ਦੇ ਚੈਨਲ ਜਿਹੜੇ ਸਨ ਫਲ ਫੁੱਲ ਵੀ ਗਏ, ਫਿਰ ਉਹਨਾਂ ਨੇ ਉਹਦੇ ਹੀ ਉੱਤੇ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੱਤੇ। ਪਲਵਸ਼ਾ ਦੇ ਨਾਲ ਨਾਲ ਇੱਕ ਬੜੀ ਪਿਆਰੀ ਜਿਹੀ ਸਾਂਵਲੀ ਸਲੂਨੀ ਜਿਹੀ ਕੁੜੀ ਆਈ, ਜਿਹਦੀ ਹਾਸੇ, ਜਿਹਦੀਆਂ ਸ਼ਰਾਰਤਾਂ ਨੇ ਤੁਹਾਡੇ ਸਭ ਦਾ ਦਿਲ ਮੋਹ ਲਿਆ। ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗਾ ਕਿ ਇਹ ਪਲਵਸ਼ਾ ਦੀ ਸਿਸਟਰ ਹੈ, ਇਹਦਾ ਨਾਮ ਹਿਨਾ ਹੈ, ਅਤੇ ਹਿਨਾ ਦੀ ਵੀਡੀਓਜ਼ ਨੂੰ ਤੁਸੀਂ ਸਭ ਨੇ ਬੜਾ ਪਸੰਦ ਕੀਤਾ, ਬੜਾ ਉਹਨੂੰ ਪਿਆਰ ਦਿੱਤਾ। ਔਰ ਫਿਰ ਕੀ ਹੋਇਆ ਕਿ ਉਹਨਾਂ ਦੀ ਮਕਬੂਲੀਅਤ ਨੇ ਲੋਕਾਂ ਨੂੰ ਇਸ ਕਦਰ ਬੇਚੈਨ ਕੀਤਾ ਕਿ ਰਿਐਕਸ਼ਨ ਨਾਮੀ ਚੈਨਲਸ ਆਉਂਦੇ ਗਏ, ਔਰ ਯੂਟਿਊਬ ਦੇ ਉੱਤੇ ਇੱਕ ਫਿਤਨਾ ਖਿਲਰ ਗਿਆ, ਇੱਕ ਇਹੋ ਜਿਹਾ ਫਿਤਨਾ ਖਿਲਰ ਗਿਆ ਕਿ ਉਹਨੂੰ ਸੰਭਾਲਣਾ ਜਾਂ ਕੁੰਜਣਾ ਹੁਣ ਔਖਾ ਹੋ ਗਿਆ ਵੇ। ਕਿਉਂਕਿ ਜਦੋਂ ਤੁਸੀਂ ਕਿਸੇ ਦੀ ਬੇਟੀ 'ਤੇ ਗੱਲ ਕਰੋਗੇ,
ਖਾਮ ਖਾ ਦੇ ਇਲਜ਼ਾਮਾਤ ਲਗਾਓਗੇ। ਔਰ ਹਾਂ, ਇੱਕ ਦੇਖੋ ਨਾ ਕਿ ਸੋਸ਼ਲ ਮੀਡੀਆ ਦੀ ਦੁਨੀਆ ਦੇ ਵਿੱਚ ਅੱਜ ਇੱਕ ਪਰਸਨੈਲਿਟੀ ਫੇਮਸ ਹੁੰਦੀ ਹੈ ਅਤੇ ਕਈ ਜਿਹੜੇ ਨੇ ਬਿਜ਼ਨਸ ਮਾਈਂਡ ਲੋਕ ਇਹ ਸੋਚਦੇ ਨੇ ਕਿ ਅਗਰ ਅਸੀਂ ਇਹਨਾਂ ਤੱਕ ਰਸਾਈ ਕਰੀਏ ਤਾਂ ਸਾਡਾ ਬਿਜ਼ਨਸ ਹੋਰ ਉੱਪਰ ਜਾ ਸਕਦਾ ਵੇ। ਇਸ ਤਰ੍ਹਾਂ ਪਲਵਸ਼ਾ ਨਾਲ ਵੀ ਹੋਇਆ ਕਿ ਪਲਵਸ਼ਾ ਦੀ ਮਕਬੂਲੀਅਤ ਨੂੰ ਦੇਖਦੇ ਹੋਇਆਂ ਮਾਰੀਆ ਬੀ ਨੇ ਉਹਦੇ ਨਾਲ ਕੰਟੈਕਟ ਕੀਤਾ, ਮਾਰੀਆ ਬੀ ਦੀ ਉਹਨਾਂ ਨਾਲ ਡੀਲ ਹੋਈ, ਮਾਰੀਆ ਬੀ ਦੇ ਭੇਜੇ ਹੋਏ ਡਰੈਸ ਪਲਵਸ਼ਾ ਪਾਉਂਦੀ ਹੈ ਕਿਉਂਕਿ ਉਹਦੀ ਉਹਨਾਂ ਨਾਲ ਡੀਲ ਵੇ, ਸਪਾਈਸ ਵਿਲੇਜ ਵਾਲਿਆਂ ਨਾਲ ਵੀ ਹੈ ਜਾਂ ਹੋਰ ਵੀ ਜਿਹੜੇ ਕੋਈ ਬ੍ਰੈਂਡ ਨੇ ਉਹਨਾਂ ਦੇ ਨਾਲ ਵੀ ਹੈ। ਅਤੇ ਨਾ ਕਿ ਕੋਈ ਖੁਸ਼ ਹੋਵੇ, ਲੋਕਾਂ ਨੇ ਦਿਲ ਦੇ ਵਿੱਚ ਨਫ਼ਰਤਾਂ ਦੇ ਬੀਜ ਬੋਣੇ ਸ਼ੁਰੂ ਕਰ ਦਿੱਤੇ। ਇਸ ਹੱਦ ਤੱਕ ਲੋਕ ਗਿਰ ਗਏ, ਇਸ ਹੱਦ ਤੱਕ ਗਿਰ ਗਏ ਕਿ ਉਹਨਾਂ ਨੇ ਨਾ ਤਾਂ ਛੱਡਿਆ ਕਿਸੇ ਦਾ ਬਿਮਾਰ ਸ਼ੌਹਰ, ਨਾ ਕਿਸੇ ਦੀ ਬੇਟੀ, ਨਾ ਕਿਸੇ ਦਾ ਦਾਮਾਦ, ਨਾ ਹੀ ਖੁਦ ਉਹਨਾਂ ਨੂੰ ਵੀ। ਹਾਂਜੀ, ਤੁਸੀਂ ਮੇਰਾ ਇਸ਼ਾਰਾ ਸਮਝ ਗਏ ਹੋਵੋਗੇ। ਮੈਂ ਇਸ਼ਾਰਾ ਕਰ ਰਹੀ ਹਾਂ ਰਿਐਕਸ਼ਨ ਵਿਦ ਮਾਈ ਵਲੌਗ 'ਤੇ। ਉਸ ਬੀਬੀ ਨੇ ਕੀ ਕੰਮ ਕੀਤਾ ਕਿ ਉਹਨੇ ਪਹਿਲਾਂ ਤਾਂ ਪੋਜ਼ਿਟਿਵ ਵੇਚ ਵੀਡੀਓਜ਼ ਇਹਨਾਂ 'ਤੇ ਬਣਾਈਆਂ, ਫਿਰ ਉਹ ਇਹਨਾਂ ਦੇ ਐਸੇ ਅਗੇਂਸਟ ਹੋਈ, ਐਸੇ ਅਗੇਂਸਟ ਹੋਈ ਕਿ ਉਹਨੇ ਅੱਤ ਚੁੱਕੀ ਹੋਈ ਹੈ। ਇਹ ਜੋ ਕੁਛ ਵੀ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਨਾ, ਇਹ ਉਹਦੀ ਆਪਣੀ ਕ੍ਰੀਏਟ ਕੀਤੀ ਹੋਈਆਂ ਚੀਜ਼ਾਂ ਨੇ, ਇਹ ਉਹਦੀ ਆਪਣੀ ਖੁਆਇਸ਼ 'ਤੇ ਸਭ ਕੁਛ ਹੋ ਰਿਹਾ ਵੇ। ਉਹਦੀ ਆਪਣੀ ਖੁਆਇਸ਼ 'ਤੇ ਕੀ ਹੋ ਰਿਹਾ, ਉਹਨੇ ਕੀ ਕੀਤਾ? ਸੁਣੋ ਸਾਰੇ ਭੈਣ ਭਰਾ, ਸੁਣੋ, ਮੇਰੀ ਕੋਈ ਉਹਦੇ ਨਾਲ ਲੜਾਈ ਨਹੀਂ ਹੈ, ਕੋਈ ਦੁਸ਼ਮਣੀ ਨਹੀਂ ਹੈ, ਮਗਰ ਜਦੋਂ ਤੁਹਾਡੇ ਘਰ ਦੀ ਇੱਜ਼ਤ 'ਤੇ ਹਰਫ ਆਉਂਦਾ ਨਾ, ਤਾਂ ਫਿਰ ਤੁਸੀਂ ਪਿੱਛੇ ਨਹੀਂ ਹਟਦੇ। ਤੁਹਾਡੀ ਰੰਜਿਸ਼ਾਂ ਵੀ ਹੋਣ, ਤੁਹਾਡੀਆਂ ਇੱਕ ਦੂਜੇ ਨਾਲ ਨਾਰਾਜ਼ਗੀਆਂ ਵੀ ਹੋਣ, ਤੁਸੀਂ ਸਾਲਾਂ ਸਦੀਆਂ ਬਾਅਦ ਇੱਕ ਦੂਜੇ ਨੂੰ ਮਿਲੋ, ਮਗਰ ਘਰ ਦੀ ਇੱਜ਼ਤ 'ਤੇ ਗੱਲ ਆਉਣਾ ਬਹੁਤ ਬੜੀ ਗੱਲ ਹੁੰਦੀ ਹੈ। ਔਰ ਉਹ ਗੱਲਾਂ ਕਰਨੀਆਂ ਜਿਨ੍ਹਾਂ ਦਾ ਵਜੂਦ ਹੀ ਨਹੀਂ ਹੈ। ਅੱਛਾ ਜੀ, ਗੱਲ ਕਿਸ ਤਰ੍ਹਾਂ ਵੇ ਕਿ ਰਿਐਕਸ਼ਨ ਵਿਦ ਮਾਈ ਵਲੌਗ ਨੇ ਉਹਨਾਂ ਦੀਆਂ ਤਸਵੀਰਾਂ ਲਗਾ ਕੇ ਹਿਨਾ ਔਰ ਪਲਵਸ਼ਾ ਦੀਆਂ ਵੀਡੀਓਜ਼ ਬਣਾਉਣੀਆਂ ਸ਼ੁਰੂ ਕੀਤੀਆਂ। ਉਹਨਾਂ ਦੇ ਉੱਤੇ ਕੰਟੈਂਟ ਇਸ ਤਰ੍ਹਾਂ ਦੇ ਬਣਾਏ, ਤਸਵੀਰਾਂ ਲਗਾ ਕੇ, ਕਿ ਜੋ ਮੈਂ ਕਹਿੰਦੀ ਹਾਂ ਕਿ ਇੱਕ ਇੱਜ਼ਤਦਾਰ ਫੈਮਿਲੀ ਵਾਸਤੇ ਬਾਇਸ ਸ਼ਰਮਿੰਦਗੀ ਹੈ। ਔਰ ਜਦੋਂ ਉਹਨਾਂ ਨੇ ਯੂਟਿਊਬ ਤੋਂ ਆਪਣਾ ਰਾਈਟ ਜਿਹੜਾ ਵੇ ਉਹਨੂੰ ਚੂਜ਼ ਕੀਤਾ, ਪਹਿਲਾਂ ਇੰਨੇ ਸਟ੍ਰਾਈਕ ਭੇਜੀ, ਫਿਰ ਉਹਨਾਂ ਨੇ ਭੇਜੀ, ਔਰ ਜਦੋਂ ਉਹਨਾਂ ਨੇ ਕਾਪੀ ਰਾਈਟ 'ਤੇ ਗੱਲ ਕੀਤੀ ਔਰ ਯੂਟਿਊਬ ਨੇ ਇਸ ਬੀਬੀ ਦੀ ਜਿਹੜੀਆਂ ਦੋ ਤਿੰਨ ਵੀਡੀਓ ਸਨ ਉਹਨਾਂ ਨੂੰ ਡੈਲ ਕੀਤਾ, ਇਹਨੇ ਕੀ ਹਰਕਤ ਕੀਤੀ ਕਿ ਇਹਨੇ ਜਿਹੜਾ ਵੇ ਜਾ ਕੇ ਉੱਥੋਂ ਉਹਨਾਂ ਦੀ ਤਸਵੀਰਾਂ ਨੂੰ ਡਿਲੀਟ ਕੀਤਾ, ਫਿਰ ਇਹਨੇ ਉਹਨਾਂ ਵੀਡੀਓਜ਼ ਨੂੰ ਪ੍ਰਾਈਵੇਟ ਕੀਤਾ, ਫਿਰ ਮੈਡਮ ਨੇ ਜਨਾਬ ਉਹਨਾਂ ਵੀਡੀਓਜ਼ 'ਤੇ ਕਾਰਟੂਨ ਲਗਾਏ ਔਰ ਉਹਨੇ ਕਾਰਟੂਨ ਇੱਕ ਵੀਡੀਓ ਦੀ ਮੈਂ ਤਸਵੀਰ 'ਤੇ ਦੇਖਿਆ ਜਿੱਥੋਂ ਮੈਨੂੰ ਤਕਲੀਫ ਹੋਈ ਹੋਈ ਹੈ, ਮਾਮੂ ਜੀ ਦੀ ਤਸਵੀਰ ਬਣਾ ਕੇ ਨਾਲ ਇਹਨੇ ਪਲਵਸ਼ਾ ਦੀ ਲਗਾ ਕੇ ਅਤੇ ਲਿਖਿਆ ਸੀ ਉੱਪਰ ਯੇ ਛਾਤਰ ਕੌਣ ਹੈ। ਇਹਨੂੰ ਸ਼ਰਮ ਨਹੀਂ ਆਈ ਕਿ ਇਹਨੇ ਮੇਰੇ ਮਾਮੂ ਦਾ ਮਜ਼ਾਕ ਬਣਾਇਆ? ਇਹਨੇ ਤਾਂ ਮੇਰੇ ਮਾਮੂ ਜੀ ਦਾ ਨਾਲਾ ਵੀ ਨਹੀਂ ਛੱਡਿਆ, ਨਾਲੇ ਉੱਤੇ ਬਿਜ਼ਨਸ ਕਰ ਲੈ, ਵਾਹਵਾ ਚੰਗੇ ਵਿਕਣਗੇ ਨਹੀਂ ਵਟਸਐਪ ਦੇ ਨਾਂ ਦੇ ਨਾਲੇ। ਹੋ ਸਕਦਾ ਵੇ ਯੂਟਿਊਬ ਤੋਂ ਉੱਨੀ ਇਨਕਮ ਨਾ ਹੋਏ ਜਿੰਨੀ ਇਨਕਮ ਉੱਥੋਂ ਹੋ ਜਾਵੇ। ਇਸ ਬੀਬੀ ਨੇ ਵੀਡੀਓਜ਼ ਪ੍ਰਾਈਵੇਟ ਕਰ ਛੱਡੀਆਂ। ਹੁਣ ਜਿਹੜਾ ਵੇ ਅਗਰ ਉਹ ਖਾਮੋਸ਼ ਨੇ, ਉਹ ਕਿਉਂ ਖਾਮੋਸ਼ ਨੇ? ਕਿਉਂਕਿ ਉਹਨਾਂ ਨੇ ਜਵਾਬ ਹੁਣ ਕੋਰਟ ਨੂੰ ਦੇਣਾ। ਬੀਬੀ ਤੂੰ ਐਡੀ ਸੱਚੀ ਸਾਂ, ਐਡੀ ਚੰਗੀ ਸਾਂ, ਤੂੰ ਕਿਉਂ ਤਸਵੀਰਾਂ ਉਹਨਾਂ ਦੀਆਂ ਹਟਾਈਆਂ? ਤੂੰ ਵੀਡੀਓਜ਼ ਕਿਉਂ ਪ੍ਰਾਈਵੇਟ ਕੀਤੀਆਂ? ਹੁਣ ਤੇਰੀਆਂ 307 ਵੀਡੀਓ ਨੇ,
ਜਿਹੜੀਆਂ ਤੂੰ 15-16 ਪ੍ਰਾਈਵੇਟ ਕੀਤੀਆਂ ਨੇ ਹੁਣ ਉਹ ਕਿਉਂ ਕੀਤੀਆਂ? ਤੂੰ ਪੰਗੇ ਵੀ ਆਪ ਲੈਣੀ ਹੈ, ਫਿਰ ਤੂੰ ਰੋ ਰੋ ਕੇ ਵੀ ਆਪ ਵਿਖਾਉਣੀ ਹੈ, ਫਿਰ ਤੂੰ ਗੱਲਾਂ ਵੀ ਆਪ ਕਰਨੀ ਹੈ, ਇਹ ਅੱਛੀ ਗੱਲ ਤਾਂ ਨਹੀਂ ਹੈ। ਅਗਰ ਕਾਪੀ ਰਾਈਟ ਤੂੰ ਤੈਨੂੰ ਇਸ਼ੂ ਆ ਗਿਆ ਸੀ, ਤੂੰ ਚੁੱਪ ਕਰਕੇ ਇੱਕ ਮੈਸੇਜ ਕਰਦੀ ਪਲਵਸ਼ਾ ਨੂੰ ਕਿ ਪਲਵਸ਼ਾ ਜੀ, ਹੀਨਾ ਜੀ, ਤੁਸੀਂ ਮੇਰੇ ਤੋਂ ਬੜੇ ਹੋ, ਮੈਂ ਛੋਟੀ ਹਾਂ, ਜਿਵੇਂ ਤੂੰ ਕਹਿੰਦੀ ਹੈ। ਮੈਂ ਤਾਂ ਸ਼ੁਗਰ ਵਾਸਤੇ ਇਹ ਬਣਾਇਆ ਵੇ ਚੈਨਲ, ਅਤੇ ਫਿਰ ਸ਼ੁਗਰ ਵਾਸਤੇ ਉਹਨਾਂ ਨੂੰ ਕਹਿੰਦੀ ਕਿ ਮੇਰੇ ਗਲਤੀ ਹੋ ਗਈ ਹੈ, ਨੈਕਸਟ ਟਾਈਮ ਇਸ ਤਰ੍ਹਾਂ ਮੈਂ ਤੁਹਾਡੀਆਂ ਤਸਵੀਰਾਂ ਨਹੀਂ ਲਗਾਵਾਂਗੀ। ਔਰ ਹੋ ਸਕਦਾ ਕਿ ਤੈਨੂੰ ਉਹ ਇਸ ਗੱਲ 'ਤੇ ਮਾਫ਼ ਕਰ ਦਿੰਦੀਆਂ, ਕਿਉਂਕਿ ਉਹਨਾਂ ਦੇ ਦਿਲ ਇੰਨੇ ਸਖਤ ਨਹੀਂ ਨੇ, ਉਹ ਨਰਮ ਦਿਲ ਨੇ। ਜਿਸ ਤਰ੍ਹਾਂ ਤੂੰ ਉਹਨਾਂ ਦੀਆਂ ਇੱਜ਼ਤਾਂ ਨੂੰ ਰੋਲ ਛੱਡਿਆ ਵੇ, ਕਦੀ ਤੂੰ ਕਿਸੇ 'ਤੇ ਗੱਲ ਕਰਨੀ ਹੈ, ਤੂੰ ਬੇਟੀਆਂ ਤੱਕ ਤਾਂ ਤੁਸੀਂ ਗੱਲਾਂ ਕਰਦੀਆਂ ਹੋ। ਹਾਂ, ਦੋ ਤੇਰੇ ਇਸ ਤਰ੍ਹਾਂ ਦੇ ਐਕਟਿਵ ਨੇ ਲੋਕ, ਚੰਦਾ ਸਾਗੀ ਔਰ ਅਮੇਸੀਆ। ਤੂੰ ਕਿੰਨੀ ਬੇਵਕੂਫ ਹੈ, ਕਿੱਥੇ ਦੀ ਪੜ੍ਹੀ ਲਿਖੀ ਹੈ? ਉਹਨਾਂ ਦੋ ਨੇ ਪਕੜ ਕੇ ਤੈਨੂੰ ਖਰਾਬ ਕਰਤਾ। ਤੂੰ ਬੜਾ ਅੱਛਾ ਬੋਲਣੀ ਹੈ, ਤੇਰੀ ਆਵਾਜ਼ ਵਿੱਚ ਬੜੀ ਕੀ ਕਹਿੰਦੇ ਨੇ, ਸਟਰੈਂਥ ਹੈ ਤੇਰੀ, ਸਟਰੈਂਥ ਪਾਵਰ ਹੈ ਤੇਰੀ, ਤੇਰੀ ਆਵਾਜ਼ ਤੇਰੀ ਸਟਰੈਂਥ ਪਾਵਰ ਹੈ। ਤੂੰ ਉਹਨਾਂ ਦੋ ਔਰਤਾਂ ਦੇ ਅੱਗੇ ਲੱਗ ਕੇ, ਜਾਂ ਤਾਂ ਉਹ ਕੋਈ ਦੋ ਥਰਡ ਪਰਸਨ ਨੇ, ਜਾਂ ਫਿਰ ਤੂੰ ਆਪ ਹੀ ਹੈ, ਮਗਰ ਬੇਵਕੂਫੀ ਕਰ ਰਹੀ ਹੈ। ਚੰਦਾ ਸਾਗੀ ਔਰ ਅਮੇਸੀਆ ਦੇ ਪਲੀਜ਼ ਤੁਸੀਂ ਲੋਕ ਕਮੈਂਟਸ ਪੜ੍ਹੋ ਔਰ ਦੇਖੋ ਕਿ ਉਹਨਾਂ ਨੇ ਕਿਸ ਕਿਸ ਤਰ੍ਹਾਂ ਗੰਦ ਬੱਕਿਆ ਹੀਨਾ ਦੇ ਉੱਪਰ। ਕੀ ਇਹ ਹੀਨਾ ਦੀਆਂ ਸੌਕੜਾਂ ਨੇ? ਇਹਨਾਂ ਨੂੰ ਇੰਨੀ ਜੈਲਸ ਪਾਉਂਦੇ ਹੀਨਾ ਦੇ ਕੋਲੋਂ, ਹੀਨਾ ਦੇ ਹਸਬੈਂਡ 'ਤੇ ਗੱਲਾਂ, ਹੀਨਾ ਦੀ ਬੇਟੀ 'ਤੇ ਗੱਲਾਂ, ਪਲਵਸ਼ਾ ਦੀ ਬੇਟੀ 'ਤੇ ਗੱਲਾਂ। ਅਗਰ ਤੂੰ ਕਹਿੰਦੀ ਹੈ ਕਿ ਡਿਸਔਨ ਪਲਵਸ਼ਾ ਕਰੇ, ਪਲਵਸ਼ਾ ਨੇ ਤਾਂ ਉਹ ਸਬਸਕ੍ਰਾਈਬਰ ਡਿਸਔਨ ਕੀਤੇ, ਉਹਨੇ ਵੀਡੀਓ ਵੀ ਬਣਾਈ। ਮੈਂ ਆਪਣਾ ਦੱਸਣੀ ਹਾਂ ਕਿ ਮੇਰੀ ਵੀਡੀਓ 'ਤੇ ਕਿਸੇ ਨੇ ਤੁਹਾਡੇ ਲੋਕਾਂ ਵਾਸਤੇ ਬੜਾ ਬੈਡ ਕਮੈਂਟਸ ਕੀਤਾ ਸੀ, ਮੈਂ ਉਹਨੂੰ ਹਾਈਡ ਕਰ ਦਿੱਤਾ, ਇਸ ਵਾਸਤੇ ਕਿ ਮੈਂ ਤੈਨੂੰ ਵੀ ਆਪਣੀ ਇੱਜ਼ਤ ਸਮਝਣੀ ਹਾਂ। ਅਸੀਂ ਸਭ ਔਰਤਾਂ ਇੱਕ ਦੂਸਰੇ ਦੀ ਇੱਜ਼ਤ ਹੈਗੀਆਂ ਵਾਂ, ਕੋਈ ਕਿਉਂ ਆ ਕੇ ਤੁਹਾਡੇ ਬਾਰੇ 'ਚ ਗਲਤ ਅਲਫਾਜ਼ ਇਸਤੇਮਾਲ ਕਰੇ? ਮਗਰ ਤੂੰ ਤਾਂ ਬਈ ਚੰਦਾ ਸਾਗੀ ਅਤੇ ਮੇਸੀਆ ਨੂੰ ਸਿਰ ਦਾ ਤਾਜ ਬਣਾਇਆ ਹੋਇਆ ਵੇ, ਤੂੰ ਤਾਂ ਉਹਨਾਂ ਨੂੰ ਸਿਰ 'ਤੇ ਲਪੇਟ ਕੇ ਬੈਠੀ ਹੈ ਕਿ ਅਗਰ ਉਹ ਦੋ ਨਹੀਂ ਹੋਣਗੀਆਂ ਤੇਰਾ ਚੈਨਲ ਨਹੀਂ ਚੱਲੇਗਾ, ਮਿਰਚ ਮਸਾਲਾ ਨਹੀਂ ਆਏਗਾ। ਔਰ ਵਾਕਈ ਕਹਿੰਦੇ ਨੇ ਕਿ ਬੁਰਾਈ ਜਿਹੜੀ ਹੈ ਬੜੀ ਜਲਦੀ ਫੈਲਦੀ ਹੈ, ਇਹ ਹਕੀਕਤ ਹੈ ਕਿ ਬੁਰਾਈ ਜਿਹੜੀ ਹੈ ਉਹ ਜਲਦੀ ਫੈਲਦੀ ਹੈ, ਅੱਛਾਈ ਜਿਹੜੀ ਹੈ ਨਾ ਉਹਨੂੰ ਫੈਲਾਉਣ 'ਚ ਜ਼ਰਾ ਵਕਤ ਲੱਗਦਾ। ਅਤੇ ਅਸੀਂ ਤਾਂ ਇਹੋ ਹੀ ਸਮਝ ਰਹੇ ਹਾਂ ਕਿ ਤੁਸੀਂ ਇੱਕ ਬੁਰਾਈਆਂ ਔਰ ਬੁਰਾਈ ਫੈਲ ਰਹੀ ਹੈ, ਅੱਛਾਈ ਜਿਹੜੀ ਹੈ ਉਹਨੂੰ ਥੋੜ੍ਹਾ ਸਾ ਬ੍ਰੇਕ ਲੱਗਾ, ਕਿਉਂਕਿ ਤੁਸੀਂ ਜੋ ਗੱਲਾਂ ਕਰਨੀਆਂ ਲੋਕ ਉਹਨਾਂ ਨੂੰ ਹਕੀਕਤ ਸਮਝ ਰਹੇ ਨੇ। ਕੋਈ ਕਿਸੇ ਦੀ ਹਕੀਕਤ ਨਹੀਂ ਜਾਣਦਾ। ਕਿਆ ਤੁਸੀਂ ਸਭ ਲੋਕ ਨਹੀਂ ਜਾਣਦੇ ਕਿ ਕੁਰਾਨੇ ਪਾਕ ਕੀ ਕਹਿੰਦਾ ਵੇ? ਇਹ ਬੀਬੀ ਜਿਸ ਦਿਨ ਕੋਰਟ 'ਚ ਗਈ, ਔਰ ਇਹਨੇ ਫਿਰ ਕੋਰਟ 'ਚ ਪਤਾ ਕੀ ਕਹਿਣਾ? ਇਹਨੇ ਕਹਿਣਾ ਕਿ ਮੈਂ ਤਾਂ ਲੋਕਾਂ ਦੀ ਸੁਣੀ ਸੁਣਾਈ ਗੱਲ 'ਤੇ ਗੱਲ ਕੀਤੀ ਸੀ, ਮੈਂ ਤਾਂ ਨਹੀਂ ਕੀਤੀ ਸੀ, ਉਹ ਤਾਂ ਮੇਰੀ ਆਡੀਅੰਸ 'ਚੋਂ ਕਿਸੇ ਨਹੀਂ ਕੀਤੀ। ਤੇਰੀ ਆਡੀਅੰਸ ਨੇ ਅਗਰ ਕੀਤੀ ਹੈ ਤਾਂ ਉਹਨਾਂ ਨੂੰ ਸ਼ਟ ਅਪ ਕਾਲ ਦੇ। ਮੇਰੇ ਬਾਰੇ ਤੁਸੀਂ ਇੰਨੇ ਗੰਦੇ ਗੰਦੇ ਕਮੈਂਟਸ ਕੀਤੇ ਔਰ ਉਹ ਕਮੈਂਟ ਕਈ ਕਈ ਦਿਨ ਤੇਰੇ ਉੱਤੇ ਖੜ੍ਹੇ ਰਹੇ, ਸੁਣੀ ਸੁਣਾਈ ਗੱਲਾਂ 'ਤੇ ਅਗਰ ਅਸੀਂ ਵੀ ਯਕੀਨ ਕਰਨ ਲੱਗੀ ਹੈ ਨਾ, ਮੈਂ ਤਾਂ ਕਹਿੰਦੀ ਹਾਂ ਸ਼ਾਮ ਵੇਲੇ ਮੇਰੇ ਹੱਥੋਂ ਕੋਈ ਜਿਹੜੇ ਨੇ ਉਹ 10 ਬੰਦੇ ਜਿਹੜੇ ਥਾਣੇ ਗਏ ਹੋ, ਜਾਂ ਮੈਂ ਮੇਰੇ ਉੱਤੇ ਕੋਈ 50 ਬੰਦਿਆਂ ਨੇ FIR ਕਰਵਾਈ ਹੋਵੇ। ਸੁਣੀ ਸੁਣਾਈ ਗੱਲਾਂ 'ਤੇ ਕੌਣ ਯਕੀਨ ਕਰਦਾ? ਕੋਰਟ 'ਚ ਜਦੋਂ ਜਾਂਦੇ ਹੋ ਕੋਰਟ ਪਰੂਫ ਮੰਗਦੀ ਹੈ, ਕੀ ਪਰੂਫ ਦੇਵੇਂਗੀ ਤੂੰ?
ਮੈਂ ਸਿਰਫ ਜਿਸ ਤੈਨੂੰ ਸਮਝਾ ਰਹੀ ਹਾਂ, ਤੈਨੂੰ ਕੋਈ ਮਤ ਨਹੀਂ ਦੇਗਾ। ਉਹ ਦੁਸ਼ਮਣ ਹੋਣਗੇ ਜਿਹੜੇ ਤੈਨੂੰ ਆ ਕੇ ਐਪਰੀਸ਼ੀਏਟ ਕਰਨਗੇ ਕਿ ਨਹੀਂ ਤੂੰ ਬਹੁਤ ਅੱਛਾ ਕਰ ਰਹੀ ਹੈ, ਤੂੰ ਇਹਨਾਂ ਨੂੰ ਤੁੰਨ ਕੇ ਰੱਖ, ਤੂੰ ਇਹਨਾਂ ਨੂੰ ਰੱਜ ਕੇ ਬਦਨਾਮ ਕਰ, ਤੂੰ ਛੱਤੀ ਝੂਠ ਨਾ ਤਾਂ ਹੋਰ ਬੋਲ ਦੇ, ਕਮ ਅਜ਼ ਕਮ ਕਿਸੇ ਦੇ ਬੁੜੇ ਬਾਪ ਦੀ ਇੱਜ਼ਤ ਵਾਲੀ ਵੇਖ ਜਾ, ਕਿਸੇ ਦੀ ਖਾਮਨ ਦੀ ਇੱਜ਼ਤ ਵਾਲੀ ਦੇਖ ਜਾ। ਤੇਰੇ ਵੀ ਬਾਪ ਦੀ ਇੱਜ਼ਤ ਹੋਏਗੀ, ਤੇਰੇ ਭਰਾ ਦੀ ਵੀ, ਤੇਰੇ ਖਾਮਨ ਦੀ ਵੀ, ਇਸ ਤਰ੍ਹਾਂ ਬਾਕੀ ਸਭ ਔਰਤਾਂ ਦੀ ਵੀ ਇੱਜ਼ਤ ਹੈ ਵੇ। ਤੂੰ ਕਿਹੜੇ ਕਿਹੜੇ ਕੋਮੈਂਟਸ ਜਿਹੜੇ ਨੇ ਉਹ ਨਹੀਂ ਤੇਰੀ ਆਈ ਡੀ ਦੇ ਉੱਤੇ ਸਾਨੂੰ ਮੌਸੂਲ ਹੁੰਦੇ, ਤੂੰ ਕੀ ਕੁਛ ਵੀ ਸਾਨੂੰ ਕਹਿੰਦੀ ਹੈ, ਕਵਾਉਂਦੀ ਪਈ ਹੈ, ਸਾਡੇ ਮਜ਼ਾਕ ਬਣਾਉਂਦੇ ਹੋ, ਸਾਡੇ ਉੱਤੇ ਗੱਲਾਂ ਕਰਦੇ ਹੋ, ਤਨਕੀਦ ਦਾ ਨਿਸ਼ਾਨਾ ਬਣਾਉਂਦੇ ਹੋ, ਕਿਧਰੇ ਕ੍ਰਿਮੀਨਲ ਫੈਮਿਲੀ, ਕਿਧਰੇ ਕੁਛ, ਕਿਧਰੇ ਕੁਛ, ਤੇਰੇ ਕੋਲ ਕੀ ਪਰੂਫ ਨੇ ਬੀਬੀ? ਵਸੀਮ ਦੀਆਂ ਇੰਨੀਆਂ ਸ਼ਾਦੀਆਂ, ਪਰਵਸ਼ਾ ਦੇ ਹਸਬੈਂਡ ਦੀਆਂ ਸ਼ਾਦੀਆਂ, ਪਰਵਸ਼ਾ ਦਾ ਦਮਾਦ ਗੋਰਾ ਹੈ, ਕਾਲਾ ਹੈ, ਚਿੱਟਾ ਹੈ, ਇੰਡੀਅਨ ਹੈ, ਮੁਸਲਿਮ ਹੈ, ਨੌਨ ਮੁਸਲਿਮ ਹੈ, ਕੀ ਹੈ, ਕੀ ਕੁਛ ਤੁਸੀਂ ਨਹੀਂ ਕਿਹਾ। ਮੇਰੀ ਵੀਡੀਓ ਪਈ ਹੈ ਜਿਹਦੇ 'ਚ ਮੈਂ ਗੋਰਿਆਂ ਦੇ ਬਾਰੇ 'ਚ ਗੱਲ ਕੀਤੀ ਸੀ, ਮੈਂ ਤਾਂ ਇਹ ਕਿਹਾ ਸੀ, ਇਹ ਜਵਾਬ ਦਿੱਤਾ ਸੀ ਕਿ ਅਗਰ ਗੋਰਾ ਕੋਈ ਮੁਸਲਮਾਨ ਹੁੰਦਾ ਹੈ ਤਾਂ ਕਿਆ ਉਹ ਗੁਨਾਹ ਹੈ? ਮੇਰਾ ਦੀਨ, ਮੇਰਾ ਮਜ਼ਹਬ, ਮੇਰਾ ਇਸਲਾਮ ਬੜੇਗਾ। ਮੈਂ ਕਿਸੇ ਨੂੰ ਇਹ ਤਾਂ ਨਹੀਂ ਕਿਹਾ ਕਿ ਧੀਆਂ ਪੜ੍ਹੋ ਤੁਸੀਂ ਜਾ ਕੇ ਗੋਰੇ ਮੁਸਲਮਾਨ ਕਰਕੇ ਜਾ ਕੇ ਉਹਨਾਂ ਨੂੰ ਦਿਓ। ਅਗਰ ਮੈਂ ਇਹ ਵਰਡ ਯੂਜ਼ ਕੀਤੇ ਨੇ ਤਾਂ ਮੈਂ ਸਾਰੇ ਯੂਟਿਊਬ ਦੇਖਣ ਵਾਲਿਆਂ ਦੀ ਜੋ ਮੈਨੂੰ ਸਜ਼ਾ ਦੇਣਗੇ ਮੈਂ ਉਹਨੂੰ ਕਬੂਲ ਫਰਮਾਵਾਂਗੀ। ਉਹਨੂੰ ਓਨਾ ਝੂਠ ਬੋਲੋ ਜਿੰਨਾ ਝੂਠ ਕੋਈ ਬਰਦਾਸ਼ਤ ਕਰ ਸਕੇ। ਇਹ ਮੈਂ ਆਪਣੀ ਲਾਈਫ ਪ੍ਰੋਪਰਟੀ ਦੇ ਪੇਪਰਸ ਲੈ ਕੇ ਬੈਠੀ ਹੋਈ ਹਾਂ ਕਿ ਤੁਸੀਂ ਲੋਕਾਂ ਨੇ ਸਾਨੂੰ ਜਿਹੜਾ ਵੇ ਨਾ ਉਹ ਮਜ਼ੀਦ ਡਿਪਰੈਸ, ਟੈਨਸ਼ਨ, ਡਿਪਰੈਸ਼ਨ, ਸਟ੍ਰੈਸ ਦਾ ਸ਼ਿਕਾਰ ਕਰ ਦਿੱਤਾ ਵੇ। ਤੁਸੀਂ ਉਹਨਾਂ ਨੂੰ ਕਿੰਨਾ ਕੁ ਅਪਸੈਟ ਕੀਤਾ। ਇੱਕ ਔਰਤ ਦੇ ਘਰ ਇੱਕ ਮਰੀਜ਼ ਪਿਆ ਔਰ ਤੁਸੀਂ ਉਸ ਮਰੀਜ਼ ਨੂੰ ਇਸ ਕਦਰ ਅਪਸੈਟ ਕੀਤਾ, ਇਸ ਕਦਰ ਅਪਸੈਟ ਕੀਤਾ ਹੋਇਆ ਵੇ ਕਿ ਕੋਈ ਸੋਚ ਵੀ ਨਹੀਂ ਸਕਦਾ। ਤੂੰ ਤਾਂ ਆਪਣੇ ਚੈਨਲ 'ਤੇ ਬੀਬੀ ਕੁੱਤੇ ਖੁੱਲ੍ਹੇ ਛੱਡੇ ਨੇ ਕਿ ਜਿਹਨੂੰ ਮਰਜ਼ੀ ਉੱਠ ਕੇ ਵੱਢਣਾ ਸ਼ੁਰੂ ਕਰਦਾ। ਇਹ ਦੋ ਕੁੱਤੇ ਨੇ ਤੇਰੇ ਚੈਨਲ 'ਤੇ, ਅਮੇਸੀਆ ਔਰ ਚੰਦਾ ਸਾਗੀ, ਇਹ ਜਿਹਨੂੰ ਮਰਜ਼ੀ ਵੱਢ ਲੈਣ, ਜਿਹਦੀ ਮਰਜ਼ੀ ਇੱਜ਼ਤ ਲਾ ਕੇ ਤਾਰ ਤਾਰ ਕਰ ਦੇਣ। ਮੇਰੇ ਵਾਸਤੇ ਤੂੰ ਵੀ ਬੜੀ ਕਾਬਲ ਇਹਤਰਾਮ ਹੈ, ਮਗਰ ਮੈਂ ਇਹ ਚਾਹੁੰਦੀ ਹਾਂ ਕਿ ਜੋ ਤੁਸੀਂ ਪੰਡੋਰਾ ਬਕਸ ਖੋਲਿਆ ਇਹਨੂੰ ਬੰਦ ਕਰੋ। ਕਦੀ ਤੁਸੀਂ ਪਲਵਸ਼ਾ ਦੇ ਸਹੁਰਿਆਂ ਜਾ ਕੇ ਲੜਾਈ ਉਹਨਾਂ ਦੀ ਕਰਵਾਉਣ ਦੀ ਕੋਸ਼ਿਸ਼ ਕਰਦੀਆਂ ਹੋ, ਕਦੀ ਭੈਣਾਂ ਨੂੰ ਲੜਵਾਉਣ ਦੀ ਕੋਸ਼ਿਸ਼ ਕਰਦੀਆਂ ਹੋ, ਕਦੀ ਮੇਰੇ ਉੱਪਰ ਝੂਠ। ਮੇਰਾ ਤਾਂ ਇੰਨਾ ਬੜਾ ਪਰੂਫ ਤੁਹਾਡੇ ਕੋਲ ਆ ਗਿਆ ਕਿ ਮੈਂ ਕੁਰਾਨੇ ਪਾਕ 'ਤੇ ਹਲਫ ਦਿੱਤਾ ਕਿ ਅਮੇਸੀਆ ਨਾਮ ਦੀ ਔਰਤ ਜਿਹੜੀ ਹੈ ਮੈਂ ਤਾਂ ਇਹਨੂੰ ਜਾਣਦੀ ਨਹੀਂ ਹੈ, ਕੌਣ ਹੈ ਅਤੇ ਕੌਣ ਨਹੀਂ ਹੈ। ਇਹ ਮੇਰੀ ਆਈ ਡੀ ਤੋਂ ਕੀਤਾ ਹੋਇਆ, ਮੈਨੂੰ ਉਹ ਮੈਸੇਜ 'ਤੇ ਵਿਖਾਏ ਜਿਹਦੇ 'ਚ ਉਹਨੂੰ ਮੈਂ ਮੁਹੱਬਤਨਾਮਾ ਪੇਸ਼ ਕੀਤਾ। ਇਹਦੇ ਨਾਲ ਇਹੋ ਜਿਹੀ ਔਰਤ ਨਾਲ ਮੁਹੱਬਤ ਕਰਨ ਤੋਂ ਬਿਹਤਰ ਹੈ ਕਿ ਮੈਂ ਕਿਸੇ ਦਰਿਆ 'ਚ ਛਾਲ ਮਾਰਦਾ। ਹਾਂ, ਮੈਂ ਤੇਰੇ ਬਾਰੇ ਜ਼ਰੂਰ ਕਹਿੰਦੀ ਹਾਂ, ਪਤਾ ਨਹੀਂ ਕਿਉਂ ਕਿ ਤੂੰ ਜਿਹੜਾ ਨਾ ਮੈਨੂੰ ਚੰਗੀ ਲੱਗਣੀ ਹੈ, ਆਪਣੀਆਂ ਭੈਣਾਂ ਤਰ੍ਹਾਂ ਲੱਗਣੀ ਹੈ। ਮੈਂ ਤੈਨੂੰ ਸਮਝਾਉਣ ਵਾਸਤੇ ਗੱਲਾਂ ਕਰ ਰਹੀ ਹਾਂ, ਤੈਨੂੰ ਕਿਸੇ ਨੇ ਨਹੀਂ ਸਮਝਾਉਣੀ। ਹਾਂ, ਤੇਰੇ ਹੁਣ ਵੀ ਦਿਲ 'ਚ ਕੋਈ ਗੱਲ ਹੋਵੇ ਨਾ ਮੈਨੂੰ ਕਹਿ ਕੇ ਫਰਾਬਾਜੀ, ਮੈਂ ਮੇਰੇ ਕੋਲ ਉਹ ਬੜੀਆਂ ਨੇ, ਮੈਂ ਉਹਨਾਂ ਕੋਲ ਮਾਫ਼ੀ ਮੰਗ ਲੈਂਦੀ ਹਾਂ। ਤੁਹਾਡੀ ਸਾਡੀ ਕੋਈ ਜਾਇਦਾਦ ਤਾਂ ਨਹੀਂ ਸਾਂਝੀ, ਨਾ ਤੂੰ ਸਾਡੇ ਮਾਮੇ ਦੀ, ਨਾ ਪੁੱਫੀ ਦੀ, ਨਾ ਤਾਏ ਦੀ, ਨਾ ਬਾਬੇ ਦੀ, ਕਿਸ ਚੀਜ਼ ਦੀ ਲੜਾਈ ਤੂੰ ਪਾਈ ਹੋਈ ਹੈ? ਇਹ ਰਿਸਕ ਜਿਹੜਾ ਰਿਸਕ ਹੈ ਨਾ, ਇਹ ਅੱਲਾਹ ਨੇ ਇਨਸਾਨ ਨੂੰ ਦੇਣਾ ਹੀ ਦੇਣਾ ਹੈ, ਜਿੰਨਾ ਉਸ ਰੱਬ ਨੇ ਮੁਕਰਰ ਕੀਤਾ। ਜੇ ਅੱਲਾਹ ਨੇ ਤੈਨੂੰ ਕਰੋੜਾਂ ਦੇਣੇ ਨਾ, ਤੂੰ ਕੁਛ ਵੀ ਨਾ ਕਰ, ਤੈਨੂੰ ਅੱਲਾਹ ਘਰ ਬੈਠੇ ਦੇਵੇਗਾ। ਜੇ ਅੱਲਾਹ ਨੇ ਨਹੀਂ ਦੇਣੇ ਨਾ, ਇੱਕ ਗੱਲ ਮੇਰੀ ਅੱਜ ਕੰਨ ਖੋਲ੍ਹ ਕੇ ਯਾਦ ਰੱਖੀ
ਤੇਰੇ 5 ਲੱਖ ਵੀ ਸਬਸਕ੍ਰਾਈਬਰ ਹੋਣਗੇ ਨਾ ਤਾਂ ਅੱਲਾ ਨੇ ਫਿਰ ਵੀ ਤੈਨੂੰ ਉਹੀ ਦੇਣਾ ਜੋ ਤੈਨੂੰ ਹੁਣ ਦੇ ਰਿਹਾ ਯੂਟਿਊਬ ਤੋਂ। ਕਿਸੇ ਦੀ ਇੱਜ਼ਤ ਕਰ, ਕਿਸੇ ਦੀ ਇੱਜ਼ਤ ਰੱਖ, ਇਹਦੇ ਵਿੱਚ ਬੜੀ ਗੱਲ ਹੈਗੀ ਹੈ। ਕਿਸੇ ਨੂੰ ਬਿਲਾ ਵਜ੍ਹਾ ਤੁਸੀਂ ਟੋਣ ਦਾ ਸ਼ਿਕਾਰ ਕਰੋ। ਔਰ ਮੈਂ ਇੱਕ ਆਡੀਅੰਸ ਨੂੰ ਗੱਲ ਹੋਰ ਕਰਾਂ ਕਿ ਪਲੀਜ਼ ਬਰਾਏ ਕਰਾਂ ਮਿਹਰਬਾਨੀ ਫਰਮਾ ਕੇ ਮੈਨੂੰ ਜਿਹੜੀਆਂ ਆ ਕੇ ਕਹਿੰਦੀਆਂ ਨੇ ਕਿ ਅੱਗ ਲਾਉਣੀ ਹੈ ਤਾਂ ਫਲਾਨ ਕਰਨੀ ਹੈ, ਮੈਂ ਅੱਗ ਨਹੀਂ ਲਾ ਰਹੀ, ਮੈਂ ਅੱਗ ਬੁਝਾ ਰਹੀ ਹਾਂ। ਤੁਸੀਂ ਅੱਗ ਲਵਾਉਣਾ ਚਾਹੁੰਦੇ ਹੋ ਕਿਉਂਕਿ ਤੁਹਾਨੂੰ ਗੋਸਿਪ, ਤੁਹਾਨੂੰ ਇਹ ਲਗਾਈ ਬੁਝਾਈ ਵਾਲੀਆਂ ਗੱਲਾਂ, ਤੁਹਾਨੂੰ ਮਿਰਚ ਮਸਾਲਾ ਬਹੁਤ ਪਸੰਦ ਹੈ। ਇਹੋ ਜਿਹੇ ਮਿਰਚ ਮਸਾਲੇ ਦਾ ਕੀ ਫਾਇਦਾ ਜਿੱਥੇ ਕਿਸੇ ਦੀ ਜ਼ਿੰਦਗੀ ਤਬਾਹ ਕਰਕੇ ਅਤੇ ਆਪਣੇ ਚਸਕੇ ਵਾਸਤੇ ਤੁਸੀਂ ਜਿਹੜਾ ਉਹ ਲੋਕਾਂ ਨੂੰ ਐਪਰੀਸ਼ੀਏਟ ਕਰਦੇ ਫਿਰੋ। ਅਸੀਂ ਮਰਨਾ ਵੀ ਹੈ, ਮੌਤ ਵੀ ਆਉਣੀ ਹੈ, ਪਤਾ ਨਹੀਂ ਮੈਂ ਪਹਿਲਾਂ ਮਰਨਾ ਵੇ, ਮੈਂ ਜਾਣਾ ਕਿ ਤੁਸੀਂ ਜਾਣਾ, ਕਿੰਨੇ ਜਾਣਾ, ਮਾਫ਼ੀ ਦਾ ਵਕਤ ਵੀ ਨਹੀਂ ਰਹੇਗਾ। ਅੱਲਾ ਕੋਲ ਕਿਹੜਾ ਮੂੰਹ ਲੈ ਕੇ ਜਾਓਗੇ? ਕੋਰਟ ਵਿੱਚ ਹਰ ਬੰਦਾ ਆਪਣੀ ਤਿਆਰੀ ਨਾਲ ਜਾਂਦਾ, ਲੱਖਾਂ ਰੁਪਏ ਲਾ ਕੇ ਤੁਸੀਂ ਵਕੀਲ ਕਰੋਗੇ, ਤੂੰ ਵੀ ਕਰੇਂਗੀ ਵਕੀਲ, ਉਹ ਵੀ ਕਰਨਗੀਆਂ ਵਕੀਲ, ਠੀਕ ਹੈ। ਕਿਆ ਇੰਨਾ ਫਜ਼ੂਲ ਪੈਸਾ ਬੀਬੀ ਤੇਰੇ ਕੋਲ? ਉਹਨਾਂ ਨੂੰ ਇੰਨਾ ਕੁ ਜ਼ਲੀਲ ਕੀਤਾ ਗਿਆ, ਇੰਨਾ ਕੁ ਜ਼ਲੀਲ ਕੀਤਾ ਗਿਆ ਕਿ ਉਹਨਾਂ ਨੇ ਯੂਟਿਊਬ ਜੋ ਰਾਈਟ ਸੀ ਉਹਨਾਂ ਨੇ ਆਪਣਾ ਉਹ ਇਸਤੇਮਾਲ ਕੀਤਾ। ਕਿਆ ਤੂੰ ਹਲਫ ਦੇ ਸਕੇਂਗੀ ਸਾਰੀਆਂ ਗੱਲਾਂ ਦਾ? ਤੂੰ ਜਿੰਨੇ ਵੀ ਇਲਜ਼ਾਮਾਤ ਲਵਾਏ ਨੇ, ਕਿਆ ਤੇਰੀ ਇਹ ਚੰਦਾ ਸਾਗੀ ਅਤੇ ਅਮੇਸੀਆ ਜਿਹੜੀ ਹੈ ਇਹ ਕੁਰਾਨੇ ਪਾਕ ਅਤੇ ਹਲਫ ਦੇਣਗੀਆਂ? ਇਹਨਾਂ ਨੇ ਤਾਂ ਸੱਚ ਮੇਰਾ ਕੁਰਾਨ ਚੁੱਕੇ ਨੂੰ ਅਹਿਮੀਅਤ ਨਾ ਦਿੱਤੀ, ਇਹਨਾਂ ਨੇ ਬਾਕੀਆਂ ਨੂੰ ਕੀ ਅਹਿਮੀਅਤ ਦੇਣੀ ਹੈ? ਮੇਰੀਆਂ ਗੱਲਾਂ ਸਭ ਨੂੰ ਬੜੀਆਂ ਜ਼ਹਿਰ ਲੱਗਣਗੀਆਂ, ਬੜੀਆਂ ਬੁਰੀਆਂ ਲੱਗਣਗੀਆਂ, ਮਗਰ ਜਦੋਂ ਘਰ ਦੀ ਇੱਜ਼ਤਾਂ 'ਤੇ ਗੱਲ ਆਉਂਦੀ ਹੈ ਨਾ, ਮੈਂ ਪਹਿਲਾਂ ਵੀ ਅਰਜ਼ ਕੀਤਾ, ਫਿਰ ਉਦੋਂ ਚੁੱਪ ਨਹੀਂ ਰਿਹਾ ਜਾਂਦਾ, ਫਿਰ ਉਦੋਂ ਖਾਮੋਸ਼ ਨਹੀਂ ਇਨਸਾਨ ਬੈਠ ਸਕਦਾ ਨਾ। ਇੰਨੇ ਬੁਰੇ ਬੁਰੇ ਬੈਡ ਕਮੈਂਟਸ ਕਿ ਮੈਂ ਇੱਥੇ ਉਹ ਨਹੀਂ ਯੂਟਿਊਬ 'ਤੇ ਹੁਣ ਇਸਤੇਮਾਲ ਕਰ ਸਕਦੀ, ਮੇਰੇ ਕੋਲ ਸਕਰੀਨਸ਼ੋਟ ਨੇ ਸਾਰੇ। ਉਹਨਾਂ ਨੂੰ ਫਿਰ ਐਪਰੀਸ਼ੀਏਟ ਕੀਤਾ ਜਾਂਦਾ ਹੈ, ਉਹਨਾਂ ਨੂੰ ਲਾਈਕ ਕੀਤਾ ਜਾਂਦਾ ਵੇ। ਤੂੰ ਸੱਚੀ ਹੈ ਨਾ, ਤੂੰ ਖਾਮੋਸ਼ ਹੋ ਕੇ ਬਹਿ, ਤੂੰ 7 ਦਿਨ ਆਪਣੇ ਇੱਜ਼ਤ ਇਹਤਰਾਮ ਨਾਲ ਗੁਜ਼ਾਰ, ਕੋਰਟ ਦੇ ਵਿੱਚ ਇੱਕ ਦੂਜੇ ਨੂੰ ਜੁੱਤੋ ਜੁੱਤੀਓ ਕਰੀਓ ਅਤੇ ਫਿਰ ਆਪੇ ਰਿਜ਼ਲਟ ਨਿਕਲ ਆਏਗਾ ਕੌਣ ਸੱਚਾ ਔਰ ਕੌਣ ਝੂਠਾ। ਮੇਰੀਆਂ ਗੱਲਾਂ ਤੈਨੂੰ ਵੀ ਬੁਰੀਆਂ ਲੱਗਦੀਆਂ ਨੇ, ਮੇਰੀਆਂ ਗੱਲਾਂ ਜਿਹੜੀਆਂ ਨੇ ਉਹ ਚੰਦ ਉਹਨਾਂ ਲੋਕਾਂ ਨੂੰ, ਸ਼ੈਤਾਨ ਟਾਈਪ ਲੋਕਾਂ ਨੂੰ ਵੀ ਬੁਰੀਆਂ ਲੱਗਦੀਆਂ ਨੇ, ਕਿਉਂਕਿ ਮੈਂ ਗੱਲ ਕਰਨੀ ਆ ਤੁਹਾਨੂੰ ਸਮਝਾਉਣ ਦੀ, ਮੈਂ ਤੁਹਾਨੂੰ ਇਹ ਗੱਲ ਨਹੀਂ ਕਰਦੀ ਕਿ ਨਹੀਂ ਨਹੀਂ ਤੁਸੀਂ ਬਸ ਲੱਗੇ ਰਹੋ, ਇਸ ਟੋਪਿਕ ਨੂੰ ਖਤਮ ਕਰੋ। ਦੁਨੀਆ 'ਤੇ ਬੜੇ ਮਸਲੇ ਮਸਾਇਲ ਨੇ, ਉਹਨਾਂ ਮਸਾਇਲ ਵੱਲ ਆਓ, ਫਲਸਤੀਨ 'ਤੇ ਗੱਲ ਕਰੋ, ਫਲਸਤੀਨ ਦੇ ਕੀ ਹਾਲਾਤ ਨੇ, ਹੈਂ? ਜਿਹੜੀ ਉਹ ਊਂਠਨੀ ਦੀ ਲੱਤ ਕੱਟੀ ਗਈ, ਮੈਂ ਤਾਂ ਮੀਡੀਆ ਨੂੰ ਸਟੇਟਮੈਂਟ ਦਿੱਤੀ ਆਪਣੀ ਕਿ ਉਹਦੇ ਜਿਹਨੇ ਉਹਦੀ ਲੱਤ ਵੱਢੀ ਹੈ, ਉਸ ਜਾਗੀਰਦਾਰ ਨੂੰ ਵੀ, ਉਸ ਵਡੇਰੇ ਨੂੰ ਵੀ ਇਸੇ ਤਰ੍ਹਾਂ ਦੌੜਾਇਆ ਜਾਏ ਔਰ ਦੌੜਦੇ ਦੀ ਲੱਤ ਕੱਟ ਦਿੱਤੀ ਜਾਏ, ਕੋਈ ਪੇਨ ਕਿਲਰ ਵੀ ਨਾ ਦਿੱਤੀ ਜਾਏ ਉਹਨੂੰ, ਤਾਂ ਕਿ ਉਹਨੂੰ ਅਹਿਸਾਸ ਹੋਏ ਕਿ ਉਹਨੇ ਕਿਸ ਤਰ੍ਹਾਂ ਜ਼ੁਲਮ ਕੀਤਾ। ਕਿਆ ਤੂੰ ਉਹਦੇ 'ਤੇ ਵੀ ਆਵਾਜ਼ ਬੁਲੰਦ ਕੀਤੀ ਜਿੱਥੇ ਤੈਨੂੰ ਕਰਨੀ ਚਾਹੀਦੀ ਸੀ? ਦੀਨ ਇਸਲਾਮ ਦੀਆਂ ਗੱਲਾਂ ਤਾਂ ਸਾਰੇ ਕਰਦੇ ਹੋ ਤੁਸੀਂ, ਹੈਂ? ਕੋਈ ਪੋਲੀਟੀਕਲੀ ਪਾਰਟੀ ਦੀ ਰੈਲੀ ਹੋਏਗੀ, ਤੁਸੀਂ ਵੀ ਨਿਕਲ ਪਓਗੇ, ਮੈਂ ਵੀ ਨਿਕਲ ਪਵਾਂਗੀ, ਸਾਰੇ ਨਿਕਲ ਪੈਣਗੇ, ਮਗਰ ਇਹੋ ਜਿਹੀ ਗੱਲ ਵਾਸਤੇ ਕੋਈ ਨਹੀਂ ਨਿਕਲਦਾ। ਫਲਸਤੀਨ 'ਚ ਕਿੰਨਾ ਜ਼ੁਲਮ ਹੈ, ਬੱਚੇ ਭੁੱਖ ਨਾਲ ਮਰ ਰਹੇ ਨੇ, ਪਿਆਸ ਨਾਲ ਮਰ ਰਹੇ ਨੇ,
ਉਹਨਾਂ ਦੇ ਮਾਂ ਬਾਪ ਨੂੰ ਕੋਈ ਪੁੱਛ ਕੇ ਦੇਖੇ, ਮੈਂ ਤਾਂ ਸੋਸ਼ਲ ਮੀਡੀਆ 'ਤੇ ਵੀਡੀਓ ਇੰਦੀ ਆਏ ਨਾ, ਮੈਂ ਨਹੀਂ ਦੇਖ ਸਕਦੀ, ਮੇਰੀਆਂ ਚੀਖਾਂ ਨਿਕਲ ਜਾਂਦੀਆਂ ਨੇ। ਇਹੋ ਖਿਆਲ ਆਉਂਦਾ ਵੇ ਕਿ ਅਸੀਂ ਦੁਨੀਆ 'ਤੇ ਕਰਨ ਕੀ ਆਏ ਹਾਂ, ਸਾਡਾ ਮਕਸਦ ਕੀ ਸੀ। ਅਸੀਂ ਤਾਂ ਆਪਣੀਆਂ ਕਬਰਾਂ ਨੂੰ ਕਰਨ ਕੀ ਕਹਿੰਦੇ ਨੇ ਉਹਨਾਂ 'ਚ ਮਾਮਲਾ ਦਰੁਸਤ ਕਰਨ ਵਾਸਤੇ ਵੀ ਕੁਛ ਨਹੀਂ ਕੀਤਾ ਅਜੇ ਤੱਕ, ਇੰਨੀਆਂ ਇੰਨੀਆਂ ਉਮਰਾਂ ਹੋ ਗਈਆਂ ਨੇ ਸਾਡੀਆਂ, ਨਾਲੇ ਹਾਂ ਉਮਰਾਂ ਤੋਂ ਜ਼ਿਆਦਾ ਆ। ਹੈ ਇੱਕੋ ਕੀ ਮੈਂ ਕਹਾਂ ਉਹਨੂੰ, ਖੜਪੈਂ 'ਚ ਜਾਈ ਮੇਰੀ ਅੰਮੀ ਦੀ ਉਮਰ ਦੀ, ਹੈਂ ਮੈਨੂੰ ਕਹਿ ਰਹੀ ਹੈ ਬੜੀ ਉਮਰ ਕੀ ਖਾਤੂਨ ਹੈ, ਨਹੀਂ ਜਾ ਨਹੀਂ ਪਰੇ, ਬੜੀ ਉਮਰ ਕੀ ਖਾਤੂਨ ਹੈ, ਖਾਤੂਨ ਹੋਏਗੀ ਤੂੰ, ਆਂਟੀ ਹੋਏਗੀ ਤੂੰ, ਅੰਮੀ ਹੋਏਗੀ ਤੂੰ, ਤੂੰ ਸੱਸ ਵੀ ਹੋਣੀ ਹੈ, ਦਾਦੀ ਵੀ ਹੋਣੀ ਹੈ, ਨਾਨੀ ਵੀ ਹੋਣੀ ਹੈ, ਹੈਂ ਅਤੇ ਬੈਠੀ ਹੋਈ ਹੈ ਅੱਗ ਲਾਉਣ ਵਾਸਤੇ ਸਾਰੇ ਪਾਸੇ। ਅੱਜ ਇੱਕ ਗੱਲ ਹੋਰ ਮੈਂ ਕਹਾਂਗੀ ਰਿਐਕਸ਼ਨ ਨੂੰ, ਕਿ ਰਿਐਕਸ਼ਨ ਕਿਆ, ਤੈਨੂੰ ਕਿਸੇ ਨੇ ਵੀ ਕਿਹਾ ਕਿ ਇਸ ਲੜਾਈ ਨੂੰ ਖਤਮ ਕਰ ਦੇ? ਨਹੀਂ ਕਿਹਾ, ਕਿਉਂਕਿ ਮਜ਼ੇ ਤੁਹਾਨੂੰ ਵੀ ਡਾਲਰਸ ਦੇ ਆ ਰਹੇ ਨੇ। ਹੈਂ ਮੈਨੂੰ ਪੈਨੀਆਂ ਸੁਣਾਉਂਦੀਆਂ ਉਹ, ਮੈਨੂੰ ਅੱਲਾ ਇਸ ਕਾਬਲ ਕਰੇ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਭੈਣਾਂ ਨੂੰ ਕਹਾਂ ਕਿ ਲਓ ਪੜ੍ਹੋ ਮੇਰੇ ਕੋਲ ਲਵੋ, ਦੁਨੀਆ ਦੇ ਉੱਤੇ ਫਿਰਕਾ ਵਾਰੀਅਤ ਖਤਮ ਕਰ ਦੇਵੋ, ਇਹ ਦੁਨੀਆ 'ਤੇ ਜੋ ਤੁਸੀਂ ਅੱਗ ਲਾ ਰਹੀ ਹੋ ਮੁਕਾਓ। ਮੈਂ ਤਾਂ ਅੱਲਾ ਕੋਲ ਮੰਗਦੀ ਹਾਂ, ਮੈਂ ਤਾਂ ਅਰਬਾਂ ਖਰਬਾਂ ਰੁਪਏ ਮੰਗਦੀ ਹਾਂ, ਆਪਣੇ ਮਾਲਕ ਕੋਲ ਮੰਗਦੀ, ਯਾ ਅੱਲਾ ਦੇ ਮੈਂ ਤੇਰੀ ਮਖਲੂਕ ਦਾ ਵਸੀਲਾ ਬਣਾ, ਅੱਲਾ ਮੈਨੂੰ ਦਵੇ ਤੇਰਾ ਮੇਰਾ ਰਿਐਕਸ਼ਨ ਵਾਧਾ ਹੀ, ਅੱਲਾ ਮੈਨੂੰ ਇੰਨਾ ਦਵੇ ਇੰਨਾ ਦਵੇ ਕਿ ਮੈਂ ਤੈਨੂੰ ਪੌਣ ਪੇ ਜਾਂ ਮਹੀਨੇ ਦੇ ਕੇ ਅੱਲਾ ਇੱਜ਼ਤ ਨਾਲ ਬਹਿ ਕੇ ਆਪਣੇ ਘਰ ਖਾ। ਇਹ ਜਿੰਨੀਆਂ ਮਾਈਆਂ ਫਿਰਦੀਆਂ ਨਾ ਫਤੂਰ ਫੈਲਾਉਂਦੀਆਂ, ਇਹਨਾਂ ਸਾਰੀਆਂ ਨੂੰ ਕਹਾਂ ਕਹਿ ਲਓ ਇੱਜ਼ਤ ਨਾਲ ਬਹਿ ਕੇ ਖਾਓ, ਕਿਸੇ ਦੇ ਕੀ ਮਸਲੇ ਮਸਾਇਲ ਨੇ ਮੈਂ ਨਹੀਂ ਜਾਣਦੀ। ਇਨਸ ਔਰਤ ਘਰੋਂ ਬਾਹਰ ਉਦੋਂ ਹੀ ਨਿਕਲਦੀ ਹੈ ਜਦੋਂ ਉਹ ਮਜਬੂਰੀ ਦੀ ਹਾਲਤ 'ਚ ਹੁੰਦੀ ਹੈ। ਇੱਜ਼ਤ ਦੇਣ ਵਾਲਾ ਅੱਲਾ ਵੇ, ਅਸੀਂ ਨਹੀਂ ਹੈਗੇ। ਅੱਲਾ ਨੇ ਇੱਜ਼ਤ ਦੇਣੀ ਹੈ ਅਤੇ ਝੌਂਪੜੀ 'ਚ ਬੈਠੇ ਫਕੀਰ ਨੂੰ ਵੀ ਦੇਣੀ ਹੈ, ਉਹਨੇ ਵਕਤ ਦੇ ਬਾਦਸ਼ਾਹ ਨੂੰ ਫਕੀਰ ਦੀ ਝੌਂਪੜੀ 'ਚ ਭੇਜਣਾ। ਉਹਨੇ ਨਹੀਂ ਇੱਜ਼ਤ ਦੇਣੀ ਨਾ ਤਾਂ ਉਹਨੇ ਵਕਤ ਦੇ ਬਾਦਸ਼ਾਹ ਦੇ ਮੂੰਹ ਦੇ ਉੱਤੇ ਜੁੱਤੀ ਪਵਾ ਦੇਣੀ। ਉਮੀਦ ਕਰਨੀ ਆ ਕਿ ਮੇਰੀਆਂ ਗੱਲਾਂ ਤੁਹਾਨੂੰ ਲੋਕਾਂ ਨੂੰ ਸਮਝ ਵੀ ਆਈਆਂ ਹੋਣਗੀਆਂ ਔਰ ਤੁਸੀਂ ਸਮਝ ਵੀ ਸਕੋਗੇ। ਪਲੀਜ਼ ਕਮੈਂਟ ਮਤ ਕਰਨਾ ਕਿ ਇੱਕ ਹੀ ਟੋਪਿਕ 'ਤੇ ਆਪ ਬਾਤ ਕਰਤੀ ਹੈ, ਇਹ ਟੋਪਿਕ ਹੀ ਇਸ ਤਰ੍ਹਾਂ ਦਾ ਵੇ। ਤੁਸੀਂ ਕਦੀ ਦੇਖੋ ਕਿ ਸਾਡੇ ਖਾਨਦਾਨ ਦੀ ਧੱਜੀਆਂ ਕਿਸ ਤਰ੍ਹਾਂ ਉਡਾਈਆਂ ਜਾ ਰਹੀਆਂ ਨੇ, ਕਿਆ ਇਹ ਇਨਸਾਨੀਅਤ ਹੈ? ਇਨਸਾਨ ਪਹਿਲਾਂ ਆਪਣੇ ਗਿਰੇਬਾਨ ਨੇ ਚੰਗ ਕੇ, ਇਨਸਾਨ ਇਹ ਸੋਚੇ ਕਿ ਮੈਂ ਕਰ ਕੀ ਰਿਹਾ, ਮੈਂ ਕਹਿ ਕੀ ਰਿਹਾ ਵਾਂ, ਕਿਆ ਮੈਨੂੰ ਇਹ ਕਰਨਾ ਚਾਹੀਦਾ ਵੇ? ਅਗਰ ਤਾਂ ਮੈਂ ਗੱਲਾਂ ਗਲਤ ਕੀਤੀਆਂ ਨੇ ਤਾਂ ਮੈਨੂੰ ਦੱਸਣਾ, ਮੈਂ ਇਸ ਟੋਪਿਕ 'ਤੇ ਗੱਲ ਨਹੀਂ ਕਰਾਂਗੀ। ਅਗਰ ਤੁਸੀਂ ਇੰਨਾ ਹੀਨਾ ਔਰ ਪਲੋਸ਼ਾ ਨਾਲ ਮੁਹੱਬਤ ਕਰਦੇ ਹੋ ਤਾਂ ਫਿਰ ਇਹ ਵੀ ਜ਼ਰੂਰ ਦੱਸਣਾ ਕਿ ਕਿਆ ਜੋ ਉਹਨਾਂ ਨਾਲ ਹੋ ਰਿਹਾ, ਉਹਨਾਂ ਦੀਆਂ ਜਵਾਨ ਬੱਚੀਆਂ 'ਤੇ ਗੱਲਾਂ ਹੋ ਰਹੀਆਂ ਨੇ, ਉਹਨਾਂ 'ਤੇ ਹੋ ਰਹੀਆਂ ਨੇ, ਔਰ ਲੋਕ ਉਹਨਾਂ ਨੂੰ ਸੱਚ ਸਮਝ ਰਹੇ ਨੇ? ਇਹ ਤਾਂ ਹੁਣ ਕੋਰਟ 'ਚ ਪਤਾ ਲੱਗੇਗਾ ਨਾ, ਭੱਜਦਿਆਂ ਨੂੰ ਵਾਹਣ ਇੱਕੋ ਜਿਹਾ ਹੁੰਦਾ। ਇਹ ਇਨਸਾਨੀਅਤ ਨਹੀਂ, ਇਹ ਕੋਈ ਤਰੀਕਾਕਾਰ ਨਹੀਂ ਹੈ ਕਿ ਤੁਸੀਂ ਉੱਠੋ, ਚੈਨਲ ਬਣਾਓ ਔਰ ਦੂਸਰੇ ਬੰਦੇ 'ਤੇ ਬਿਲਾ ਵਜ੍ਹਾ ਬੋਲਣਾ ਸ਼ੁਰੂ ਕਰ ਦਿਉ, ਤਨਕੀਦ ਦਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿਉ, ਈਵਨ ਕਿ ਉਹਨਾਂ ਦਾ ਪਾਉਣਾ ਲਾਉਣਾ ਖਾਣਾ ਪੀਣਾ, ਉਹਨਾਂ ਦਾ ਰੈਸਟੋਰੈਂਟ 'ਚ ਜਾਣਾ, ਉਹ ਚੀਜ਼ਾਂ ਵੀ ਇਹਨਾਂ ਲੋਕਾਂ ਨੂੰ ਇੰਨਾ ਹਸਦ ਦੇ ਇੰਨਾ ਹਸਦ ਦੇ ਕਿ ਇਹਨਾਂ ਨੂੰ ਬਰਦਾਸ਼ਤ ਨਹੀਂ। ਇਹਨਾਂ ਦਾ ਬਸ ਚੱਲੇ ਤਾਂ ਉਹਨਾਂ ਦੇ ਹਲਕ ਦੇ ਵਿੱਚ ਹੱਥ ਪਾ ਕੇ ਅਤੇ ਰੋਟੀ ਬਾਹਰ ਕੱਢ ਲਓ ਕਿ ਇਹਨਾਂ ਨੇ ਖਾਧੀ ਕਿਉਂ, ਇਹ ਕਿੱਥੇ ਦੀ ਇਨਸਾਨੀਅਤ ਹੈ? ਇਨਸਾਨ ਜਿਹੜਾ ਹੈ ਨਾ ਉਹ ਬਹੁਤ ਖੁਦਗਰਜ਼ ਹੈ। ਇਸ ਵਾਸਤੇ ਅੱਲਾ ਪਾਕ ਨੇ ਰਿਜ਼ਕ ਆਪਣੇ ਹੱਥ 'ਚ ਰੱਖਿਆ,
ਉਹ ਕਿਸੇ ਨੂੰ ਗੋਸ਼ਤ ਖਵਾ ਰਿਹਾ ਹੈ, ਕਿਸੇ ਨੂੰ ਸੁੱਕੀ ਖਵਾ ਰਿਹਾ ਹੈ, ਕਿਸੇ ਨੂੰ ਗਿੱਲੀ ਖਵਾ ਰਿਹਾ ਹੈ, ਕਿਸੇ ਨੂੰ ਦਾਲ, ਕਿਸੇ ਨੂੰ ਸਬਜ਼ੀ, ਕਿਸੇ ਨੂੰ ਅਚਾਰ। ਅਸੀਂ ਤਾਂ ਯਕੀਨ ਮੰਨੋ ਅਚਾਰ ਖਾਈਏ, ਗੋਸ਼ਤ ਖਾਈਏ, ਸਬਜ਼ੀ ਖਾਈਏ, ਸ਼ੁਕਰ ਅਲਹਮਦੁਲਿਲਾ ਮੇਰੇ ਮਾਲਕ ਸ਼ੁਕਰ ਲੱਖਾਂ ਕਰੋੜਾਂ ਨਾਲ ਚੰਗੇ ਆ। ਇਹਦੇ ਨਾਲ ਹੀ ਦਿਓ ਮੈਨੂੰ ਇਜਾਜ਼ਤ ਹੋ।